ईश्वर का द्वार, धर्म का द्वार, मोक्ष द्वार संकीर्ण है, सूक्ष्म है। ਕਹਿੰਦਾ ਆਦਮ ਨਾ ਬੋਧੋ ਮਨ ਬੋਧਮ। ਐ ਖੁਦਾਵੰਦ ਤਾਲਾ, ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ, ਪਰ ਮੈਂ ਤੇ ਉਦੋਂ ਵੀ ਸੀ। ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਆ, ਪਰ ਫਿਰ ਵੀ ਮੈਂ ਤੇ ਹੈ ਸੀ। ਆਦਮ ਨਾ ਬੋਧੋ ਮਨ ਬੋਧਮ, ਹਵਾ ਨਾ ਬੋਧੋ ਮਨ ਬੋਧਮ। ਹਵਾ ਕਹਿੰਦੇ ਨੇ ਮਾਇਆ ਨੂੰ। ਇਹ ਮਾਇਆ ਰੂਪੀ ਛਲ ਰੂਪੀ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ। ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਆਵੇ, ਪ੍ਰਭਾਵਿਤ ਵੀ ਕਰੇ ਤੇ ਪਕੜਦੇ ਚ ਨਾ ਆਵੇ। ਜਿਵੇਂ ਹਵਾ ਨੂੰ ਮੁੱਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁੱਠੀ ਦੇ ਚੋਂ, ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ, ਮੁੱਠ ਦੇ ਚ ਨਿਕਲ ਜਾਂਦੀ, ਮੁੱਠੀ ਚ ਰਹਿੰਦੀ ਨੇ। ਇਹਨੂੰ ਕਹਿੰਦੇ ਨੇ ਮਾਇਆ, ਮਾਈ ਮਾਇਆ ਛਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਸ ਵਾਸਤੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ, ਠੀਕ ਹੈ ਹੇ ਪ੍ਰਭੂ, ਸੰਸਾਰ ਦੇ ਉੱਤੇ ਬੜੀਆਂ ਠੱਗੀਆਂ ਚੱਲਦੀਆਂ ਨੇ ਔਰ ਬੜੇ ਠੱਗ ਨੇ, ਪਰ ਤੂੰ ਸਭ ਤੋਂ ਵੱਡਾ ਠੱਗ ਹੈ। ਇੰਜ ਕਹਿ ਦਿੱਤਾ, ਹਰ ਠੱਗ ਜਗ ਕੋ ਠਗੋਰੀ ਲਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ। ਹਰ ਠੱਗ ਬੜਾ ਵੱਡਾ ਠੱਗ ਹੈ ਤੂੰ, ਇਹ ਮਾਇਆ ਬਣਾ ਕੇ ਤੂੰ ਸਾਨੂੰ ਛਲ ਲਿਆ ਤੇ ਪਰਮ ਸੁੱਖ ਤੋਂ ਅਸੀਂ ਵਾਂਝੇ ਰਹਿ ਗਏ, ਪਰਮ ਜੀਵਨ ਤੋਂ ਅਸੀਂ ਵਾਂਝੇ ਰਹਿ ਗਏ। ਇੰਨਾ ਬਿਖੜਾ ਪਰਚਾ ਤੂੰ ਪਾਇਆ ਹੱਲ ਨਹੀਂ ਆਉਂਦਾ। ਇਹ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੀਚਾਰੇ। ਕੀ ਕਰੀਏ, ਐਸਾ ਤੂੰ ਪਰਚਾ ਪਾਇਆ ਹੱਲ ਨਹੀਂ ਆਉਂਦਾ, ਹੱਲ ਨਹੀਂ ਆਉਂਦਾ। ਔਰ ਪਰਚੇ 'ਚ ਹੀ ਬੰਦਾ ਉਲਝ ਕੇ ਰਹਿ ਜਾਂਦਾ, ਸੰਸਾਰ ਦੇ 'ਚ ਹੀ ਉਲਝ ਕੇ ਰਹਿ ਜਾਂਦਾ, ਪਰਿਵਾਰ ਦੇ 'ਚ ਹੀ ਉਲਝ ਕੇ ਰਹਿੰਦਾ, ਸੰਸਾਰ ਦੀਆਂ ਸਮੱਸਿਆਵਾਂ ਦੇ 'ਚ ਹੀ ਫਸ ਕੇ ਰਹਿ ਜਾਂਦਾ। ਹਰ ਠੱਗ ਜਗ ਕੋ ਠਗੋਰੀ, ਐਸਾ ਕਬੀਰ ਨੇ ਕਿਹਾ। ਇਸਲਾਮ ਇਸ ਨੂੰ ਕਹਿੰਦੇ ਨੇ ਹਵਾ, ਰੱਬ ਨੇ ਹਵਾ ਖੜਾ ਕੀਤਾ ਹੋਇਆ, ਬੰਦਾ ਇਸੇ 'ਚ ਹੀ ਫਸ ਕੇ ਰਹਿ ਜਾਂਦਾ। ਪਰ ਸ਼ਮਸ ਤਬਰੇਜ਼ ਕਹਿੰਦਾ ਹੈ, ਹੇ ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ, ਅੱਜ ਦਾ ਨਹੀਂ। ਹਵਾ ਨਾ ਬੋਧੋ ਮਨ ਬੋਧਮ, ਇਹ ਕਸ ਨਾ ਬੋਧੋ ਮਨ ਬੋਧਮ, ਮਨ ਆਸ਼ਕੇ ਦੇਰੀ ਨਾਮ। ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਛ ਵੀ ਨਹੀਂ ਸੀ, ਮੈਂ ਹੇ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਹਾਂ ਤੇਰਾ। ਮਨ ਆਸ਼ਕੇ ਦੇਰੀ ਨਾਮ, ਮੈਂ ਬਹੁਤ ਪੁਰਾਣਾ, ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕ ਹਾਂ, ਤੇਰੀ ਤਲਾਸ਼ ਦੇ। ਜੀਵਨ ਕਿਸ ਤਰ੍ਹਾਂ ਦਾ ਵੀ ਸੀ, ਦ੍ਰਿਸ਼ ਅਦ੍ਰਿਸ਼, ਜੀਵਨ ਨੂੰ ਜੀਵਨ ਚਾਹੀਦਾ ਸੀ, ਸਦੀਵੀ ਜੀਵਨ ਚਾਹੀਦਾ ਸੀ। ਸਦੀਵੀ ਜੀਵਨ ਪਰਮਾਤਮਾ ਹੈ, ਪਰਮ ਸੁੱਖ ਚਾਹੀਦਾ ਸੀ ਜੋ ਦੁੱਖ ਦੇ 'ਚ ਨਾ ਬਦਲੇ, ਪਰਮ ਸੁੱਖ ਪਰਮਾਤਮਾ ਹੈ। ਪਰਮ ਖੇੜਾ ਚਾਹੀਦਾ ਸੀ ਜਿਹਦੇ 'ਚ ਮੁਰਝਾਣਾ ਨਾ ਹੋਵੇ, ਤਾਂ ਪਰਮ ਖੇੜਾ ਤੇ ਪਰਮਾਤਮਾ ਹੈ। ਇੰਝ ਕਹਿ ਲਓ, ਮੰਗ ਤੇ ਹਰ ਇੱਕ ਦੀ, ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ। ਪਰ ਇੱਕ ਭੁਲੇਖਾ ਪੈ ਜਾਂਦਾ, ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਨਹੀਂ ਹੈ।
ਉੱਥੋਂ ਨਹੀਂ ਮਿਲਦਾ ਇਹ ਪਰਮ ਸੁੱਖ, ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵਨ। ਲੱਭਦਾ ਰਿਹਾ ਕਹਿੰਦੇ ਨੇ ਆਬੇ ਹਯਾਤ ਨੂੰ ਸਿਕੰਦਰ ਵੇ, ਮਰਾਂ ਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ਰਿਸ਼ੀ ਮੁਨੀ ਵੀ, ਔਰ ਕਾਇਆ ਕਲਪ ਕਰਦੇ ਰਹੇ ਨੇ। ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਹੈ ਤੇ ਫਿਰ 25-26 ਸਾਲ ਦੇ ਜਵਾਨ ਬਣ ਜਾਏ। ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ, ਔਰ ਕਈ ਦਫਾ ਇਹ ਕਾਇਆ ਕਲਪ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ਰਿਸ਼ੀ ਮੁਨੀ ਕਰਦੇ ਰਹੇ। ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ, ਲੱਭਦੇ ਰਹੇ ਨੇ, ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਹੀ ਨਾ ਮਰੇ। ਅੱਜ ਦੇ ਸਾਇੰਟਿਸਟ ਵੀ ਯਤਨ ਪਏ ਕਰਦੇ ਨੇ ਮਨੁੱਖ 300-400 ਸਾਲ ਤੱਕ ਜ਼ਿੰਦਾ ਰਹਿ ਸਕੇ, ਲੱਭਦੇ ਪਏ ਨੇ, ਕੋਸ਼ਿਸ਼ ਪਏ ਕਰਦੇ, ਯਤਨ ਪਏ ਜੁਟਾਉਂਦੇ ਨੇ। ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪ੍ਰਬਲ ਹੈ, ਸਦੀਵੀ ਸੁੱਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪ੍ਰਬਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ, ਸਦੀਵੀ ਜੀਵਨ ਪਰਮਾਤਮਾ ਹੈ, ਸਦੀਵੀ ਸੁੱਖ ਪਰਮਾਤਮਾ ਹੈ, ਬਾਕੀ ਨਹੀਂ ਹੈ, ਕਿਧਰੇ ਵੀ ਨਹੀਂ ਹੈ, ਹੈ ਹੀ ਨਹੀਂ। ਮੰਗ ਠੀਕ ਹੈ, ਮੰਗ ਦੀ ਪੂਰਤੀ ਦਾ ਸਾਧਨ ਗਲਤ ਹੈ, ਸਾਧਨ ਗਲਤ ਹੈ। ਜੈਸੇ ਪਟਨਾ ਸਾਹਿਬ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਵਾਂ ਪੱਛਮ ਦੀ ਤਰਫ ਔਰ ਬੜੀ ਤੇਜ਼ੀ ਨਾਲ ਚੱਲਾਂ ਔਰ ਆਖਾਂ ਤੇਜ਼ ਤੇਜ਼ ਚੱਲਾਂ ਤਾਂ ਕਿ ਛੇਤੀ ਪਹੁੰਚ ਜਾਵਾਂ, ਜਿਤਨਾ ਤੇਜ਼ੀ ਨਾਲ ਚੱਲਾਂਗਾ ਉਤਨਾ ਹੀ ਦੂਰ ਹੋ ਜਾਵਾਂ, ਕਿਉਂਕਿ ਉਸ ਦਿਸ਼ਾ 'ਚ ਹੈ ਹੀ ਨਹੀਂ। ਜਿਸ ਦਿਸ਼ਾ 'ਚ ਹੈ ਹੀ ਨਹੀਂ ਮੈਂ ਉਸ ਦਿਸ਼ਾ ਦੇ 'ਚ ਦੌੜ ਰਿਹਾ, ਭੱਜ ਰਿਹਾ, ਜਿਤਨਾ ਭੱਜਾਂਗਾ ਜਿਤਨਾ ਦੌੜਾਂਗਾ ਥੱਕਾਂਗਾ ਟੁੱਟਾਂਗਾ ਪਹੁੰਚਾਂਗਾ ਨਹੀਂ। ਸੁੱਖ ਮੰਗਦਿਆਂ ਮੰਗਦਿਆਂ, ਸੁੱਖ ਚਾਹੁੰਦਿਆਂ ਚਾਹੁੰਦਿਆਂ ਮਨੁੱਖ ਥੱਕ ਜਾਂਦਾ ਹੈ, ਟੁੱਟ ਜਾਂਦਾ ਹੈ, ਮਰ ਜਾਂਦਾ ਹੈ। ਬਹੁਤ ਕੁਛ ਮਿਲਦਾ ਹੈ ਪਰ ਸੁੱਖ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ, ਕਿਉਂਕਿ ਦਿਸ਼ਾ ਗਲਤ ਹੈ। ਮਨੋਰਥ ਠੀਕ ਹੈ, ਮੰਗ ਠੀਕ ਹੈ, ਮੰਗ ਦੀ ਪ੍ਰਾਪਤੀ ਦੇ ਸਾਧਨ ਗਲਤ ਨੇ। ਜੈਸੇ ਕੋਈ ਹੁਣ ਰੇਤ ਦੇ ਚੋਂ ਤੇਲ ਕੱਢਣਾ ਚਾਹੇ, ਇਹ ਕਿਸ ਤਰ੍ਹਾਂ ਹੋ ਸਕਦਾ? ਸਰਸੋਂ ਦੇ ਚੋਂ ਨਿਕਲੇਗਾ, ਤਿਲਾਂ ਦੇ ਚੋਂ ਤੇਲ ਨਿਕਲੇਗਾ, ਰੇਤ ਦੇ ਚੋਂ ਨਹੀਂ ਨਿਕਲੇਗਾ। ਤੇ ਕੋਈ ਤਾਰਕਿਕ ਹੋਵੇ, ਜਿਵੇਂ ਤਰਕਸ਼ੀਲ ਅੱਜ ਕੱਲ੍ਹ ਖੜੇ ਹੋਏ ਨੇ, ਤਰਕ ਝੂਠ ਤੇ ਹੋ ਸਕਦਾ, ਤਰਕ ਸੱਚ ਤੇ ਨਹੀਂ ਹੋ ਸਕਦਾ। ਜੇ ਕਿਧਰੇ ਸੱਚ ਤੇ ਵੀ ਕਰਨ ਲੱਗ ਪਓ ਤਾਂ ਉਹ ਜਿਹੜਾ ਤਰਕ ਹੈ ਉਹ ਕੁਤਰਕ ਹੋ ਜਾਂਦਾ ਹੈ, ਕਿਉਂਕਿ ਤਰਕ ਕੀਤੀ ਜਾ ਸਕਦੀ। ਮੈਂ ਕਹਿੰਦੇ ਮੈਂ ਨਹੀਂ ਮੰਨਦਾ ਰੱਬ ਨੂੰ, ਕੋਈ ਵੀ ਕਹਿ ਸਕਦਾ। ਇਹਦੇ ਉੱਤੇ ਤਰਕ ਉਹ ਇਹ ਦੇ ਸਕਦਾ ਹੈ, ਕਿਉਂਕਿ ਮੈਨੂੰ ਦਿਖਾਈ ਨਹੀਂ ਦਿੰਦਾ ਤੇ ਮੈਂ ਨਹੀਂ ਮੰਨਦਾ, ਨਹੀਂ ਮੰਨਦਾ। ਤੇ ਜੇ ਉਹਨੂੰ ਆਖੀ ਉਹ ਅਨੁਭਵ ਦੀ ਅੱਖ ਨਾਲ, ਤੀਜੀ ਅੱਖ ਨਾਲ ਦੇਖਿਆ ਜਾਂਦਾ, ਉਹ ਆਖੇ ਤੀਜੀ ਅੱਖ ਆਉਂਦੀ ਨਹੀਂ, ਤੇ ਜਿਹਦੀ ਖੁੱਲੀ ਨਹੀਂ ਉਹ ਠੀਕ ਕਹਿ ਰਿਹਾ ਹੁੰਦੀ ਆਉਂਦੀ। ਜਨਮ ਤੋਂ ਜਿਹੜਾ ਮਨੁੱਖ ਅੰਧਾ ਹੈ, ਮੈਂ ਆਪਣੂੰ ਸ਼ਾਇਦ ਪਹਿਲੇ ਜ਼ਿਕਰ ਕੀਤਾ ਹੈ, ਉਹਨੂੰ ਅੰਧੇਰੇ ਦਾ ਕੋਈ ਬੋਧ ਨਹੀਂ ਆਉਂਦਾ, ਕੋਈ ਬੋਧ ਨਹੀਂ। ਮੇਰੇ ਨਾਲ ਇੱਕ ਰਾਗੀ ਸਿੰਘ ਰਿਹਾ, ਭਾਈ ਭਗਵਾਨ ਸਿੰਘ, 10 ਸਾਲ, ਜਨਮ ਤੋਂ ਨੇਤਰਹੀਣ ਸੀ। ਰਾਏਪੁਰ ਦੀ ਗੱਲ, ਉਹ ਕੀਰਤਨ ਕਰਕੇ ਆ ਚੁੱਕਿਆ ਸੀ ਤੇ ਮੈਂ ਰਾਤ ਦੇ 12 ਵਜੇ ਜਿਉਂ ਆਪਣੇ ਕਮਰੇ ਜਾਣ ਲੱਗਾ, ਉਹਨਾਂ ਦੇ ਕਮਰੇ ਦੀ ਬੱਤੀ ਵੀ ਜਲੀ ਹੋਈ ਤੇ ਬੈਠੇ ਸਨ, ਭਾਵੇਂ ਉਹ 8:30 ਕੀਰਤਨ ਕਰਕੇ ਆ ਗਏ ਸਨ। ਮੈਂ ਜਾ ਕੇ ਕੋਲ ਬੈਠਿਆ ਤੇ ਸੁਭਾਵਿਕ ਮੇਰੀ ਮੂੰਹ ਚੋਂ ਨਿਕਲ ਗਿਆ, ਮੈਂ ਕਿਹਾ ਭਾਈ ਸਾਹਿਬ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ ਤੇ ਰਾਤ ਵੀ ਰਾਤ ਹੈ, ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ, ਬੱਤੀ ਜਲਾ ਕੇ ਬੈਠੇ ਹੋਏ ਸਨ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਕੋਈ ਗਿਆਨ। ਅੰਧੇਰਾ ਕਿਸ ਨੂੰ ਕਹਿੰਦੇ ਨੇ ਮੈਨੂੰ ਕੁਛ ਵੀ ਨਹੀਂ ਪਤਾ। ਅੱਜ ਤੱਕ ਤੇ ਲੋਕੀ ਇਹੀ ਕਹਿੰਦੇ ਨੇ ਨਾ
कि अंधे दी दुनिया च अंधेरा कथा ही नहीं। कहने लगे मैनू अंधेरे का कुछ भी नहीं पता। हुण दूजा नुकता ध्यान नाल सुनना, अगर अंधेरा दिखाई देता है ये अंधा नहीं है। अंधेरे नू देखण वास्ते भी अखां च रोशनी चाहिए, रोशनी नाल अंधेरा देखिया जा सकता है। और जो अंधेरे नू देख सकता है वह प्रकाश नू भी देख सकता है, और जो अंधेरे नू देख सकता है अंधा नहीं है। उस वक्त मैं भाई भगवान सिंह नू कहा, बड़ा मसला हल कर दिता है तुसी, मैं तो सुते सिद्ध गल की, बहुत गहरी गल कर दी, बहुत गहरी गल कर दी। अंधेरे नू देखण वास्ते भी थे अखां चाहिए ने। नाम जपद्या जपद्या सत्संग करद्या करद्या जिहड़ा पहला ज्ञान मिलता है, किस दा? अज्ञान दा ज्ञान मिलता है। बड़े ध्यान नाल सुन, मैनू कुछ नहीं पता, मैं कुछ नहीं जान, इस चीज का पता चलता है। पहला ज्ञान केड़ा मिलता है? अज्ञान का ज्ञान मिलता है। मैं कुछ नहीं जानता, मैनू कुछ भी नहीं समझ। जैसे जौक कहते ने, पढ़ पढ़ के मैं ये पढ़िया है, बहुता पढ़ पढ़ के मैं ये जाने है कि हम जानते थे कि इलम से कुछ जानेंगे, जाना तो ये जाना के ना जाना कुछ भी। जान जान के मैं ये जाने है कि मैं कुछ नहीं जान, कुछ नहीं जान। पहला ज्ञान मिलता है अज्ञान दा, फिर ज्ञान मिलता है भगवान दा। पहले ज्ञान मिलता है अपनी मूर्खता दा, ना समझी दा, फिर प्राप्त होती है समझ। पहले तो अंधेरा ही दिखाई दे, अंधेरा ही दिखाई दे, पर कम से कम अंधेरे नू वेखण दे सफल ते हो गया। अंधेरा वेख ते सकदा है, ते जिन्हों अंधेरा दिखाई दे रहा बत्ती जलाने की भी कोशिश करेगा, अंधेरे नू दूर करने की भी कोशिश करेगा, अंधेरा दिखाई नहीं देता। अंधेरे का कोई बोध नहीं तो बत्ती जलाने का की मतलब, बत्ती जलाने का की मतलब। लुकमान ने और खलील जबरान दे च, ये यूनान दे च एक दार्शनिक होया है, ते एक लिबनान दे च, इन्होंने इको तरह की कहानी लिखी है। एक नेत्रहीन एक पिंड तो दूसरे पिंड रात नूं जाण लगा, पड़ोसी ने लालटेन पकड़ा दिती, अनेरी रात है, मसिया है, पिंड दो मील की दूरी ते पगडंडी ते तू जाना है, ए लालटेन ले ले। नेत्रहीन दिखाई कुछ नहीं देता। तर्क की सी? तर्क ए सी कि तेरे हाथ दे जद लालटेन होवेगी फिर तेरे नाल कोई टकराएगा नहीं, कोई टकराएगा, तू दिखाई ना देता, हो सकता है तेरे नाल कोई टकरा जाए। तर्क ठीक से। बेचारा थोड़ी देर चलिया ते कोई टकरा गया, बुरी तरह टकरा गया। वो कहिंदा है, मेरे हाथ दे च लालटेन से फिर भी तू मेरे नाल टकराया। उस पता टकराने वाले ने की आख्या, भाई फकीर साईं लालटेन थोड़ी बुझ गई है, बुझी हुई है, इस करके टकरा गया। लालटेन ते हाथ दे च है पर ये बुझ गई है, नहीं पता चले, नहीं पता चले। खलील जबरान ने ये लिबनान दे चोया एक दार्शनिक, उन्हें कहा वो इस तरह दी कहानियां जिवें भारत दे च पंचदसी धार्मिक कहानियां दी किताब है, उन्हें इस तरह लिखी है भी लालटेन ते तेरी बुझी हुई है, तू मैनू दिखाई नहीं देता, टकरा गया मैं।
ਕਹਿੰਦਾ ਬੁੱਝ ਗਈ ਹੈ। ਹੁਣ ਬੁੱਝੀ ਹੋਈ ਲਾਲਟੈਨ ਨੂੰ ਵੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ, ਅੰਧੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਦੇ 'ਚ ਚਾਨਣਾ ਚਾਹੀਦਾ, ਆਪਣੀ ਮੂਰਖਤਾ ਨੂੰ ਵੇਖਣ ਵਾਸਤੇ ਵੀ ਕੋਈ ਸਿਆਣਪ ਚਾਹੀਦੀ, ਆਪਣੇ ਅਗਿਆਨ ਨੂੰ ਦੇਖਣ ਵਾਸਤੇ ਵੀ ਕੁਛ ਗਿਆਨ ਚਾਹੀਦਾ। ਪਹਿਲਾ ਗਿਆਨ ਤੇ ਇਹ ਮਿਲਦਾ ਹੈ, ਮੈਂ ਅਗਿਆਨੀ ਹਾਂ, ਨਾ ਸਮਝ, ਕੁਛ ਨਹੀਂ ਪਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਕੀਮਤੀ ਕੌਮੀ ਨਾਮ ਦਿੱਤਾ ਸਿੱਖ, ਮਰਦੇ ਦਮ ਤੱਕ ਤੂੰ ਸਿੱਖਣ ਨੂੰ ਤਿਆਰ ਰਵੇਂ। ਸਿੱਖਣ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ। ਜ਼ਿੰਦਗੀ ਬਹੁਤ ਥੋੜ੍ਹੀ ਹੈ, ਸਿੱਖਣ ਨੂੰ ਬਹੁਤ ਕੁਛ ਹੈ। ਜੀਵਨ ਬਹੁਤ ਛੋਟਾ ਹੈ, ਜਾਣਨ ਨੂੰ ਬਹੁਤ ਕੁਛ ਹੈ। ਜ਼ਿੰਦਗੀ ਦਾ ਅੰਤ ਵੀ ਹੋ ਜਾਏਗਾ ਤਾਂ ਵੀ ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ, ਬਹੁਤ ਕੁਛ ਹੈ। ਇਸ ਵਾਸਤੇ ਸਿੱਖ ਭਾਵ ਅੰਦਰ ਬਣਾਈ ਰੱਖੇ, ਮੈਂ ਸਿੱਖ ਹਾਂ, ਮੈਂ ਸਿੱਖ ਹਾਂ, ਮੈਂ ਸਿੱਖਣਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ। ਜਾਣ ਜਾਣ ਕੇ ਜਿਤਨਾ ਵੀ ਜਾਣੇਗਾ ਉਹ ਵੀ ਇੰਝ ਹੋਵੇਗਾ ਜਿਵੇਂ ਸਾਗਰ ਦੇ 'ਚ ਇੱਕ ਚਮਚ ਪਾਣੀ ਦੀ ਮਿਲੀ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਇੱਕ ਪਹਿਲੂ ਤੁਹਾਡੇ ਸਾਹਮਣੇ ਹੁਣ ਮੈਂ ਰੱਖਿਆ। ਅਰਜ਼ ਕਰਾਂ, ਕੁਝ ਸੁਣ ਕੇ ਬੜੀ ਚੋਟ ਲੱਗੀ ਹੈ, ਸਿਮਰਤੀ ਦਾ ਅੰਗ ਬਣ ਜਾਂਦੀ ਹੈ। ਕੁਝ ਸੁਣ ਕੇ ਬੜਾ ਰਸ ਮਿਲਿਆ ਹੈ, ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ, ਅੰਦਰ ਪੈ ਰਹਿ ਜਾਂਦੀ ਹੈ। ਕੁਝ ਦੇਖ ਕੇ ਬੜਾ ਰਸ ਮਿਲਿਆ, ਸਕੂਨ ਮਿਲਿਆ, ਖੁਸ਼ੀ ਹੋਈ, ਉਹਦੀ ਛਾਪ ਬਣ ਜਾਂਦੀ ਹੈ, ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ, ਅੰਦਰ ਉਹ ਛਾਪ ਬਣ ਜਾਂਦੀ ਹੈ। ਕੁਝ ਵੇਖ ਕੇ ਸਹਿਮ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ, ਚੋਟ ਪੈਦਾ ਹੋ ਗਈ, ਜਿਵੇਂ ਅਸੀਂ ਉਸ ਰਸਤੇ 'ਤੇ ਜਾ ਰਹੇ ਸੀ ਘੁੰਮਣ ਨੂੰ, ਹੁਣ ਅੱਗੇ ਇੰਨੇ ਸਾਰੇ ਸਭ ਗਿਆਨੀ ਕਲਿਆਣ ਸਿੰਘ ਜੀ ਵੀ ਰੁਕ ਗਏ, ਮੈਂ ਵੀ ਰੁਕ ਗਿਆ, ਮੈਂ ਹੁਣ ਜਾਈਏ ਕਿਸ ਤਰ੍ਹਾਂ। ਇਹਨਾਂ ਦੇ 'ਚ ਕੁਝ ਭਿਅੰਕਰ ਨਾਗ ਵੀ ਸਨ, ਕੋਬਰੇ, ਬਹੁਤ ਸਾਰੇ ਚਿੱਟੇ ਸਨ, ਕੁਝ ਕਾਲੇ। ਔਰ ਰਸਤੇ 'ਚ ਇਹ ਵੀ ਉਦੋਂ 20 ਸਾਲ ਪਹਿਲੇ ਚੰਗੇ ਵਾਲੇ ਸਨ ਸਰੀਰ ਕਰਕੇ, ਇਹ ਵੀ ਰੁਕ ਗਏ, ਮੈਂ ਅਭੈ ਦੋ ਹੀ ਹੈ ਗਏ ਸੀ ਘੁੰਮਣ ਨੂੰ ਚੱਲੇ ਜੰਗਲ ਦੇ 'ਚ, ਸ਼ਹਿਰ ਤੋਂ ਥੋੜ੍ਹੀ ਜਿਹੀਆਂ ਬਾਹਰ ਜੋ ਹੈ ਇਸ ਤਰ੍ਹਾਂ ਦਾ ਜੰਗਲ, ਪਰ ਇਹ ਸਿਲਸਿਲਾ ਦੇਖਿਆ। ਗਿਆਨੀ ਜੀ ਵੀ ਕਹਿਣ ਲੱਗੇ ਹੁਣ ਹੋਰ ਤੇ ਕੋਈ ਰਸਤਾ ਨਹੀਂ, ਇੱਧਰ ਵੀ ਕੰਡੇ ਨੇ, ਝਾੜੀਆਂ ਨੇ, ਪਗਡੰਡੀ ਦੇ ਇੱਥੇ ਅੱਗੋਂ ਇਹ ਬੈਠੇ ਨੇ ਮਹਾਂਪੁਰਖ, ਹੁਣ ਕੀ ਕਰੀਏ, ਕਿਵੇਂ ਜਾਈਏ।